ਅੰਮ੍ਰਿਤਸਰ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਏਰੀਆ ਟਰਾਂਸਪੋਰਟ ਏਰੀਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਇਹ ਏਰੀਆ ਜਹਾਜ਼ਗੜ ਦੇ ਅਧੀਨ ਆਉਂਦਾ ਹੈ ਅਤੇ ਇਸ ਏਰੀਆ ਦੀ ਗੱਲ ਕਰ ਲਈਏ ਤਾਂ ਇਥੋਂ ਦੀਆਂ ਸੜਕਾਂ ਦੇ ਹਾਲਾਤ ਬਹੁਤ ਹੀ ਬੱਤਰ ਅਤੇ ਤਰਸਯੋਗ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵਿਕਾਸ ਦੇ ਕੰਮਾਂ ਦੇ ਨਾਮ ਤੇ ਸਿਰਫ ਝੁਮਲੇ ਹੀ ਕਰਦਾ ਨਜ਼ਰ ਆਉਂਦਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਘਰ ਬੈਠੇ ਹੀ ਦੇਖ ਰਹੇ ਹੋ ਲੋਕਾਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਗ੍ਹਾ-ਜਗ੍ਹਾ ਤੋਂ ਸੜਕ ਟੁੱਟੀ ਹੋਣ ਕਾਰਨ ਲੋਕਾਂ ਦੀਆਂ ਆਏ ਦਿਨ ਗੱਡੀਆਂ ਪਲਟ ਜਾਂਦੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਟਰਾਂਸਪੋਰਟ ਏਰੀਆ ਦੀ ਸੜਕ ਨੂੰ ਵਧੀਆ ਬਣਾਇਆ ਜਾਏ ਤਾਂ ਜੋ ਲੋਕਾਂ ਨੂੰ ਸਹੀ ਸਹੂਲਤ ਮਿਲ ਸਕੇ ਅਤੇ ਇنسਾਨੀ ਜਾਨਾਂ ਬਚ ਸਕਣ ਆਪਾਂ ਟਰਾਂਸਪੋਰਟ ਨਗਰ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰ ਰਹੇ ਹਾਂ ਟਰਾਂਸਪੋਰਟ ਨਗਰ ਦਾ ਇਲਾਕਾ ਹੈ ਜੈਂਦਰ ਸਿੰਘ ਟਰਾਂਸਪੋਰਟ ਨਗਰ ਹੈ ਤੇ ਪੂਰਾ ਨਾਮ ਹੈ ਇਲਾਕੇ ਦਾ ਔਰ ਕਈ ਸਾਲਾਂ ਤੋਂ ਇੱਥੇ ਕੰਮ ਨਹੀਂ ਹੋਇਆ तकरीबन 15 ਸਾਲ ਤੋਂ ਸਟਾਰਟਿੰਗ 'ਚ ਜਦੋਂ ਬਣਿਆ ਸੀ ਬੜਾ ਸੋਹਣਾ ਕੰਮ ਹੋਇਆ ਸੀ ਉਸ ਤੋਂ ਬਾਅਦ ਕਿਸੇ ਨੇ ਰੱਖ-ਰਖਾਵ ਨਹੀਂ ਕੀਤੀ ਸੀ ਵਰੇਜਿਸ ਜਾਮ ਨੇ ਉਸ ਤੋਂ ਬਾਅਦ ਸੜਕ ਜਿਹੜੀ ਬਣੀ ਹੈ ਉਹ ਅੱਧੀ ਬਨ ਗਈ ਅੱਧੀ ਕੱਚੀ ਹੈ ਅੱਧੀ ਕੱਚੀ ਹੋਣ ਕਰਕੇ بارش ਦਾ ਪਾਣੀ ਜਿਹੜਾ ਹੈ ਉਹ ਮਿੱਟੀ ਨਾਲ ਚੈਂਬਰਸ ਭਰ ਜਾਂਦੇ ਨੇ ਸੀਵਰੇਜ ਜਾਮ ਨੇ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਪਾਣੀ ਓਵਰਫਲੋ ਰਹਿੰਦੇ ਹੈ ਔਰ ਟਰੱਕਸ ਦੀ ਆਵਾਜ਼ ਵੀ ਬੜੀ ਹੈ ਬਹੁਤ ਜ਼ਿਆਦਾ ਫ੍ਰੀਕਵੈਂਸੀ ਹੈ ਟਰੱਕਸ ਦੀ ਇੱਥੇ ਕਿਉਂਕਿ ਕਮਰਸ਼ੀਅਲ ਪਲੇਸ ਹੈ ਔਰ ਸੜਕਾਂ ਇੱਥੇ ਟਿਕਦੀਆਂ ਨਹੀਂ ਕਿਉਂਕਿ ਪਾਣੀ ਪਰਿਆ ਰਹਿੰਦਾ ਹੈ ਔਰ ਕਾਫੀ ਜਿਆਦਾ ਬੁਰੇ ਹਾਲ ਨੇ ਉਹ ਇਲੈਕਸ਼ਨ ਤੋਂ ਪਹਿਲੇ ਕੁਝ ਪ੍ਰੋਮਿਸ ਕਰਕੇ ਗਏ ਸੀ ਪਹਿਲੇ ਇੰਪਰੂਵਮੈਂਟਸ ਦੇ ਚੇਅਰਮੈਨ ਨੇ ਜੋ ਪਹਿਲੇ ਹੁੰਦੇ ਸੀ ਉਹਨਾਂ ਨੇ ਵੀ ਕਿਹਾ ਸੀ ਪ੍ਰੋਮਿਸ ਕੀਤਾ ਸੀ ਲੇਕਿਨ ਕੰਮ ਕੋਈ ਨਹੀਂ ਹੋਇਆ ਹੁਣ ਵੀ ਖਾਣਾ ਪੂਰਤੀ ਕਰਨ ਵਾਸਤੇ ਸਾਨੂੰ ਦਿਖਾਉਣ ਵਾਸਤੇ ਸ਼ਾਇਦ ਇਹ ਆਪਣਾ ਕੁਝ ਬੈੱਡ ਬਣਾਉਣ ਵਾਸਤੇ ਨਾ ਆਪਣਾ ਉਖਾੜ ਗਏ ਸੀ ਸੜਕਾਂ ਲੇਕਿਨ ਉਹ ਹੁਣ ਉਹਨਾਂ ਤੇ ਪਾਣੀ ਭਰ ਰਿਹਾ ਹੈ ਬੈੱਡ ਵੀ ਨਹੀਂ ਬਣਾ ਕੇ ਗਏ ਔਰ ਕੁਝ ਵੀ ਕੰਮ ਨਹੀਂ ਕੀਤਾ ਹੈ ਕਾਫੀ ਪ੍ਰੋਬਲਮ ਹੈ ਲੇਕਿਨ ਇਨਡਾਇਰੈਕਟਲੀ ਦੇ ਟ੍ਰਾਂਸਪੋਰਟ ਟ੍ਰਾਂਸਪੋਰਟੇਸ਼ਨ ਤੋਂ ਬਹੁਤ ਜ਼ਿਆਦਾ ਰੈਵਨਿਊ ਜਾਂਦਾ ਕਿਉਂਕਿ ਡੀਜ਼ਲ ਉੱਤੇ ਜਾਂਦਾ ਹੈ ਡੀਜ਼ਲ ਬਹੁਤ ਜ਼ਿਆਦਾ ਪੈਂਦਾ ਹੈ ਉਸ ਤੋਂ ਇਲਾਵਾ ਟਾਇਰਸ ਵਗੈਰਾ ਦਾ ਵੀ ਸੇਲ ਟੈਕਸ ਜੀਐਸਟੀ ਵਗੈਰਾ ਜੇ ਲਗਾ ਲੀਏ ਤੇ ਇਨਡਾਇਰੈਕਟ ਐਕਸਪੈਂਸ ਜਿਹੜਾ ਹੈ ਰੈਵਨਿਊ ਬਹੁਤ ਜ਼ਿਆਦਾ ਜਾਂਦਾ ਬਲਕਿ ਮੇਨ ਚੱਲੀ ਐ ਸੇ ਟ੍ਰਾਂਸਪੋਰਟ ਤੋਂ ਬਿਜ਼ਨਸ ਤੇ ਹੀ ਰਹੀ ਐ ਫੇਰ ਵੀ ਟ੍ਰਾਂਸਪੋਰਟ ਨਗਰ ਦੀ ਕੋਈ ਸੁਧ ਨਹੀਂ ਲੈ ਰਹੀ ਬਹੁਤ ਬੁਰਾ ਹਾਲ ਹੈ ਇਹ ਇਲਾਕਾ ਦੇਖ ਲੋ ਜੀ ਤੁਹਾਡੇ ਸਾਹਮਣੇ ਹੀ ਐ ਕਿੰਨਾ ਪਾਣੀ ਖੜਾ ਇੱਥੇ ਮੜੀ ਰਾਤੀ ਬਰਸਾਤ ਹੋਈ ਤੇ ਸਾਰਾ ਸੜਕਾਂ ਦਾ ਕਿੰਨਾ ਬੁਰਾ ਹਾਲ ਹੈ ਬਹੁਤ ਪਰੇਸ਼ਾਨੀ ਹੈ ਇੱਥੇ ਮਤਲਬ ਕੋਈ ਸੁਧ ਲੈਣੀ ਚਾਹੀਦੀ ਹੈ ਵੇਖਣਾ ਚਾਹੀਦਾ ਕੀ ਹੈ ਇੰਨਾ ਟਰਾਂਸਪੋਰਟ ਦਾ ਕੰਮ ਹੈ ਇੰਨਾ ਰੈਵਨਿਊ ਜਾਂਦਾ ਗਵਰਨਮੈਂਟ ਨੂੰ ਲੇਕਿਨ ਇੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਨਰਕ ਬਣਿਆ ਪਿਆ ਸਾਰਾ ਇੰਨਾ ਲੰਘਣਾ ਬੜਾ ਮੁਸ਼ਕਲ ਹੈ ਆ ਗੱਡੀਆਂ ਦੇ ਕਈ ਆ ਸਮਾਨ ਹੈਗੇ ਆ ਵਿਚਾਰਿਆਂ ਦੇ ਰਿਕਸ਼ੇ ਵਾਲੇ ਡਿੱਗ ਜਾਂਦੇ ਥੱਲੇ ਗਿੱਲੇ ਹੋ ਜਾਂਦੇ ਪਾਣੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਮਾਲ ਖਰਾਬ ਹੋ ਜਾਂਦੇ ਆ ਜਹਾਜ਼ਗੜ ਦੇ ਅਧੀਨ ਅੰਦਾ ਇਲਾਕਾ ਟਰਾਂਸਪੋਰਟ ਏਰੀਆ ਜਿਸ ਦੇ ਹਾਲਾਤ ਬਹੁਤ ਹੀ ਬੱਤਰ ਤੇ ਤਰਸਯੋਗ ਬਣੇ ਹੋਏ ਨੇ ਜਿਸ ਸੰਬੰਧ ਵਿੱਚ ਲੋਕਾਂ ਨੇ ਟਰਾਂਸਪੋਰਟ ਦੇ ਰਾਹੀਗਰਾਂ ਨੇ ਜਾਂ ਟਰਾਂਸਪੋਰਟ ਦੇ ਮਾਲਕਾਂ ਨੇ ਸਾਡੇ ਨਾਲ ਟੀਮ ਨਾਲ ਗਲਬਤ ਕਰਦੇ ਕੋਈ ਅਖਣਾ ਹੈ ਕਿ ਕਾਫੀ ਸਾਲਾਂ ਤੋਂ ਇਸ ਇਲਾਕੇ ਦੀ ਹਾਲਤ ਬਹੁਤ ਹੀ ਬੱਤਰ ਬਣੀ ਹੋਈ ਹੈ ਤੇ ਜਗਾ ਜਗਾ ਤੇ ਡੋਏ ਬਣੇ ਹੋਏ ਨੇ ਬਰਸਾਤ ਦੇ ਮੌਸਮ ਚ ਨਾਲ ਸੜਕ ਬਦਲ ਲੱਗਦੀ ਤੇ ਨਾ ਹੀ ਕਿਸੇ ਢੋਏ ਦਾ ਤੇ ਗੱਡੀਆਂ ਆਇ ਦਿਨ ਪਲਟ ਜਾਂਦੀਆਂ ਨੇ ਤੇ ਉਹਨਾਂ ਦੀ ਮੰਗ ਆ ਕਿ ਪਹਿਲ ਦੇ ਆਧਾਰ ਦੇ ਉੱਤੇ ਇਹ ਸੜਕ ਨੂੰ ਜੈਸੀ ਲਾਗੇ ਨੂੰ ਵਧੀਆ ਤਰੀਕੇ ਨਾਲ ਸਵਾਰਿਆ ਜਾਵੇ ਤਾਂ ਜੋ ਲੋਕਾਂ ਦੀ ਦਿੱਕਤ ਇੱਕ ਖਿੱਚਦਾ ਕੇਂਦਰ ਬਣੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ 26